ਹਰਿਆਣਾ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿੱਥੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਕਾਂਗਰਸ ਵੱਡੀ ਲੀਡ ਨਾਲ ਬਹੁਮਤ ਨਾਲ ਜਿੱਤਦੀ ਨਜ਼ਰ ਆ ਰਹੀ ਸੀ, ਪਰ ਅਚਾਨਕ ਭਾਜਪਾ ਨੇ ਬਾਜ਼ੀ ਪਲਟ ਦਿੱਤੀ ਤੇ ਫਿਰ ਉਹ ਕਾਂਗਰਸ ਤੋਂ ਅੱਗੇ ਨਿਕਲ ਜਾਂਦੀ ਹੈ। ਤਾਂ ਦੱਸ ਦਈਏ ਕਿ ਇਸ ਵਾਰ ਭਾਜਪਾ ਦੇ ਸਾਂਸਦ ਨਵੀਨ ਜਿੰਦਲ, ਜਿਨ੍ਹਾਂ ਦੀ ਮਾਤਾ ਸਵਿਤਰੀ ਜਿੰਦਲ ਜੋ ਕਿ ਭਾਜਪਾ ਤੋਂ ਟਿਕਟ ਲੈ ਕੇ ਹਿਸਾਰ ਦੀ ਸੀਟ ਲੜਨਾ ਚਾਹੁੰਦੇ ਸੀ, ਪਰ ਭਾਜਪਾ ਦੇ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਤਾਂ ਫਿਰ ਉਹ ਖੁਦ ਹੀ ਆਜ਼ਾਦ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਫੈਸਲਾ ਕਰਦੇ ਨੇ। ਤਾਂ ਅੱਜ ਇਹ ਨਤੀਜੇ ਆਏ ਜਿਸ ਦੇ ਵਿੱਚ ਨਵੀਨ ਜਿੰਦਲ ਦੇ ਮਾਤਾ ਸਵਿਤਰੀ ਜਿੰਦਲ ਦੇ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਗਈ। ਤਾਂ ਮੌਕੇ ਤੇ ਉਹਨਾਂ ਦੇ ਬੇਟੇ ਨਵੀਨ ਜਿੰਦਲ ਵੀ ਪਹੁੰਚਦੇ ਨੇ। ਹਾਲਾਂਕਿ ਉਹਨਾਂ ਦੇ ਚੋਣ ਕੰਪੇਨ ਤੋਂ ਉਹ ਦੂਰ ਰਹੇ ਸੀ ਤੇ ਕੋਈ ਵੀ ਪ੍ਰਚਾਰ ਉਹਨਾਂ ਦੇ ਵੱਲੋਂ ਆਪਣੀ ਮਾਤਾ ਲਈ ਨਹੀਂ ਕੀਤਾ ਗਿਆ। ਤਾਂ ਹਿਸਾਰ ਦੀ ਇਹ ਸੀਟ ਸੀ ਜਿੱਥੋਂ ਕਿ ਉਹਨਾਂ ਦੀ ਮਾਤਾ ਨੇ ਇਹ ਜਿੱਤ ਹਾਸਲ ਕੀਤੀ ਹੈ। ਤਾਂ ਹੁਣ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਜਿੱਤ ਤੋਂ ਬਾਅਦ ਜਲੂਸ ਵੀ ਕੱਢਿਆ ਗਿਆ ਤੇ ਲੋਕਾਂ ਨੇ ਫੁੱਲ ਵਰਸਾ ਕੇ ਵਿਧਾਇਕ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਨੇ। ਤਾਂ ਮੌਕੇ ਤੇ ਨਵੀਨ ਜਿੰਦਲ ਵੀ ਆਪਣੀ ਮਾਂ ਨੂੰ ਵਧਾਈ ਦੇਣ ਦੇ ਲਈ ਪਹੁੰਚਦੇ ਨੇ। ਹਰਿਆਣਾ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿੱਥੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਕਾਂਗਰਸ ਵੱਡੀ ਲੀਡ ਨਾਲ ਬਹੁਮਤ ਨਾਲ ਜਿੱਤਦੀ ਨਜ਼ਰ ਆ ਰਹੀ ਸੀ, ਪਰ ਅਚਾਨਕ ਭਾਜਪਾ ਨੇ ਬਾਜ਼ੀ ਪਲਟ ਦਿੱਤੀ ਤੇ ਫਿਰ ਉਹ ਕਾਂਗਰਸ ਤੋਂ ਅੱਗੇ ਨਿਕਲ ਜਾਂਦੀ ਹੈ। ਤਾਂ ਦੱਸ ਦਈਏ ਕਿ ਇਸ ਵਾਰ ਭਾਜਪਾ ਦੇ ਸਾਂਸਦ ਨਵੀਨ ਜਿੰਦਲ, ਜਿਨ੍ਹਾਂ ਦੀ ਮਾਤਾ ਸਵਿਤਰੀ ਜਿੰਦਲ ਜੋ ਕਿ ਭਾਜਪਾ ਤੋਂ ਟਿਕਟ ਲੈ ਕੇ ਹਿਸਾਰ ਦੀ ਸੀਟ ਲੜਨਾ ਚਾਹੁੰਦੇ ਸੀ, ਪਰ ਭਾਜਪਾ ਦੇ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਤਾਂ ਫਿਰ ਉਹ ਖੁਦ ਹੀ ਆਜ਼ਾਦ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਫੈਸਲਾ ਕਰਦੇ ਨੇ। ਤਾਂ ਅੱਜ ਇਹ ਨਤੀਜੇ ਆਏ ਜਿਸ ਦੇ ਵਿੱਚ ਨਵੀਨ ਜਿੰਦਲ ਦੇ ਮਾਤਾ ਸਵਿਤਰੀ ਜਿੰਦਲ ਦੇ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਗਈ। ਤਾਂ ਮੌਕੇ ਤੇ ਉਹਨਾਂ ਦੇ ਬੇਟੇ ਨਵੀਨ ਜਿੰਦਲ ਵੀ ਪਹੁੰਚਦੇ ਨੇ। ਹਾਲਾਂਕਿ ਉਹਨਾਂ ਦੇ ਚੋਣ ਕੰਪੇਨ ਤੋਂ ਉਹ ਦੂਰ ਰਹੇ ਸੀ ਤੇ ਕੋਈ ਵੀ ਪ੍ਰਚਾਰ ਉਹਨਾਂ ਦੇ ਵੱਲੋਂ ਆਪਣੀ ਮਾਤਾ ਲਈ ਨਹੀਂ ਕੀਤਾ ਗਿਆ। ਤਾਂ ਹਿਸਾਰ ਦੀ ਇਹ ਸੀਟ ਸੀ ਜਿੱਥੋਂ ਕਿ ਉਹਨਾਂ ਦੀ ਮਾਤਾ ਨੇ ਇਹ ਜਿੱਤ ਹਾਸਲ ਕੀਤੀ ਹੈ। ਤਾਂ ਹੁਣ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਜਿੱਤ ਤੋਂ ਬਾਅਦ ਜਲੂਸ ਵੀ ਕੱਢਿਆ ਗਿਆ ਤੇ ਲੋਕਾਂ ਨੇ ਫੁੱਲ ਵਰਸਾ ਕੇ ਵਿਧਾਇਕ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਨੇ। ਤਾਂ ਮੌਕੇ ਤੇ ਨਵੀਨ ਜਿੰਦਲ ਵੀ ਆਪਣੀ ਮਾਂ ਨੂੰ ਵਧਾਈ ਦੇਣ ਦੇ ਲਈ ਪਹੁੰਚਦੇ ਨੇ। ਹਰਿਆਣਾ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿੱਥੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਕਾਂਗਰਸ ਵੱਡੀ ਲੀਡ ਨਾਲ ਬਹੁਮਤ ਨਾਲ ਜਿੱਤਦੀ ਨਜ਼ਰ ਆ ਰਹੀ ਸੀ, ਪਰ ਅਚਾਨਕ ਭਾਜਪਾ ਨੇ ਬਾਜ਼ੀ ਪਲਟ ਦਿੱਤੀ ਤੇ ਫਿਰ ਉਹ ਕਾਂਗਰਸ ਤੋਂ ਅੱਗੇ ਨਿਕਲ ਜਾਂਦੀ ਹੈ। ਤਾਂ ਦੱਸ ਦਈਏ ਕਿ ਇਸ ਵਾਰ ਭਾਜਪਾ ਦੇ ਸਾਂਸਦ ਨਵੀਨ ਜਿੰਦਲ, ਜਿਨ੍ਹਾਂ ਦੀ ਮਾਤਾ ਸਵਿਤਰੀ ਜਿੰਦਲ ਜੋ ਕਿ ਭਾਜਪਾ ਤੋਂ ਟਿਕਟ ਲੈ ਕੇ ਹਿਸਾਰ ਦੀ ਸੀਟ ਲੜਨਾ ਚਾਹੁੰਦੇ ਸੀ, ਪਰ ਭਾਜਪਾ ਦੇ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਤਾਂ ਫਿਰ ਉਹ ਖੁਦ ਹੀ ਆਜ਼ਾਦ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਫੈਸਲਾ ਕਰਦੇ ਨੇ। ਤਾਂ ਅੱਜ ਇਹ ਨਤੀਜੇ ਆਏ ਜਿਸ ਦੇ ਵਿੱਚ ਨਵੀਨ ਜਿੰਦਲ ਦੇ ਮਾਤਾ ਸਵਿਤਰੀ ਜਿੰਦਲ ਦੇ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਗਈ। ਤਾਂ ਮੌਕੇ ਤੇ ਉਹਨਾਂ ਦੇ ਬੇਟੇ ਨਵੀਨ ਜਿੰਦਲ ਵੀ ਪਹੁੰਚਦੇ ਨੇ। ਹਾਲਾਂਕਿ ਉਹਨਾਂ ਦੇ ਚੋਣ ਕੰਪੇਨ ਤੋਂ ਉਹ ਦੂਰ ਰਹੇ ਸੀ ਤੇ ਕੋਈ ਵੀ ਪ੍ਰਚਾਰ ਉਹਨਾਂ ਦੇ ਵੱਲੋਂ ਆਪਣੀ ਮਾਤਾ ਲਈ ਨਹੀਂ ਕੀਤਾ ਗਿਆ। ਤਾਂ ਹਿਸਾਰ ਦੀ ਇਹ ਸੀਟ ਸੀ ਜਿੱਥੋਂ ਕਿ ਉਹਨਾਂ ਦੀ ਮਾਤਾ ਨੇ ਇਹ ਜਿੱਤ ਹਾਸਲ ਕੀਤੀ ਹੈ। ਤਾਂ ਹੁਣ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਜਿੱਤ ਤੋਂ ਬਾਅਦ ਜਲੂਸ ਵੀ ਕੱਢਿਆ ਗਿਆ ਤੇ ਲੋਕਾਂ ਨੇ ਫੁੱਲ ਵਰਸਾ ਕੇ ਵਿਧਾਇਕ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਨੇ। ਤਾਂ ਮੌਕੇ ਤੇ ਨਵੀਨ ਜਿੰਦਲ ਵੀ ਆਪਣੀ ਮਾਂ ਨੂੰ ਵਧਾਈ ਦੇਣ ਦੇ ਲਈ ਪਹੁੰਚਦੇ ਨੇ।